ਸਾਬਕਾ ਮੰਤਰੀ ਤੋਂ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਸਾਬਕਾ ਮੰਤਰੀ ਜਨਮੇਜਾ ਸਿੰਘ ਸਿੱਖੋਂ ਨੂੰ ਵਿਜੀਲੈਂਸ ਨੇ ਪੁੱਛਗਿੱਛ ਦੇ ਲਈ ਸੱਦਿਆ ਸੀ ਔਰ ਪੁੱਛਗਿੱਛ ਤੋਂ ਬਾਅਦ ਜਨਮੇਜਾ ਸਿੰਘ ਸਿੱਖੋਂ ਨੇ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ ਕੀਤੀ ਜਾ ਰਹੀ ਹੈ। ਇਹ ਬਿਆਨ ਦਿੱਤਾ ਗਿਆ ਜਨਮੇਜਾ ਸਿੰਘ ਸਿੱਖੋਂ ਵੱਲੋਂ। ਸਾਬਕਾ ਇਰੀਗੇਸ਼ਨ ਮਿਨਿਸਟਰ ਨੇ ਜਿਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ ਸੀ ਉਸ ਵੇਲੇ ਜਨਮੇਜਾ ਸਿੰਘ ਸਿੱਖੋਂ ਦੇ ਕੋਲ ਇਰੀਗੇਸ਼ਨ ਮਹਿਕਮਾ ਸੀ ਔਰ ਕਾਫੀ ਲੰਮਾ ਸਮਾਂ ਉਹ ਇਹ ਮਹਿਕਮਾ ਸੰਭਾਲਦੇ ਰਹੇ ਨੇ। ਉਸ ਤੋਂ ਬਾਅਦ ਇਹ ਮਹਿਕਮਾ ਸ਼ਰਨਜੀਤ ਸਿੰਘ ਢਿੱਲੋਂ ਦੇ ਕੋਲ ਚਲਾ ਗਿਆ ਸੀ। ਸੋ ਜਨਮੇਜਾ ਸਿੰਘ ਸਿੱਖੋਂ ਨੂੰ ਵਿਜੀਲੈਂਸ ਨੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਸੱਦਿਆ ਸੀ ਜੋ ਕਰੀਬ 1200 ਕਰੋੜ ਰੁਪਏ ਦਾ ਕਥਿਤ ਸਿੰਚਾਈ ਘੁਟਾਲਾ ਜਿਸਦਾ ਜ਼ਿਕਰ ਕੀਤਾ ਜਾਂਦਾ ਹੈ ਉਸ ਮਾਮਲੇ ਦੇ ਵਿੱਚ ਸੱਦਿਆ ਗਿਆ ਸੀ ਔਰ ਉਸ ਮਾਮਲੇ ਦੇ ਵਿੱਚ ਅੱਜ ਲੰਬੀ ਪੁੱਛਗਿੱਛ ਜਨਮੇਜਾ ਸਿੰਘ ਸਿੱਖੋਂ ਤੋਂ ਕੀਤੀ ਗਈ ਹੈ। ਹੁਣ ਤੱਕ ਸਾਬਕਾ IAS ਕਾਨ ਸਿੰਘ ਪੰਨੂ, KBS ਸਿੱਧੂ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਅੱਜ ਜਨਮੇਜਾ ਸਿੰਘ ਸਿੱਖੋਂ ਨੂੰ ਸੱਦਿਆ ਗਿਆ। ਵਿਜੀਲੈਂਸ ਦਫ਼ਤਰ ਅੱਜ ਸਵੇਰੇ ਕਰੀਬ 9:30 ਵਜੇ ਤੋਂ ਜਿਹੜੇ ਸਿੱਖੋਂ ਨੇ ਉਹਨਾਂ ਤੋਂ ਪੁੱਛਗਿੱਛ ਦਾ ਜਿਹੜਾ ਦੌਰ ਹੈ ਉਹ ਲਗਾਤਾਰ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੇ ਐਲੀਗੇਸ਼ਨ ਲੱਗੇ ਸੀ ਇਰੀਗੇਸ਼ਨ ਮਿਨਿਸਟਰ ਦੇ ਸਮੇਂ, ਜਿਸ ਤਰ੍ਹਾਂ ਐਲੀਗੇਸ਼ਨ ਜਿਹੜੇ ਲੱਗੇ ਸੀਗੇ ਇੱਕ ਠੇਕੇਦਾਰ ਫੜਿਆ ਗਿਆ ਸੀਗਾ, ਉਸ ਤੋਂ ਬਾਅਦ ਲਗਾਤਾਰ ਵਿਜੀਲੈਂਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਸੀ ਅਤੇ ਹੁਣ ਕਰੀਬ 9:30 ਵਜੇ ਇੱਥੇ ਪਹੁੰਚੇ ਸੀ ਅਤੇ ਹੁਣ ਬਾਹਰ ਆ ਰਹੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵਿਜੀਲੈਂਸ ਦਫ਼ਤਰ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਪਹੁੰਚ ਕੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ। ਜਿਹੜੇ ਸਿੱਖੋ ਸਾਹਿਬ ਨੇ, ਸਿੱਖੋ ਸਾਹਿਬ ਕੁਛ ਕਹੋਗੇ ਸਰ? ਨਹੀਂ, ਕੋਈ ਕਮੈਂਟ ਨਹੀਂ ਸਰ। ਅੱਜ ਕਿੰਨੀ ਦੇਰ ਪੁੱਛ? ਮੈਂ ਕਿਹਾ ਕੋਈ ਕਮੈਂਟ ਨਹੀਂ ਕਰਨਾ ਸਰ। ਕੁਛ ਤਾਂ ਦੱਸੋ ਅੱਜ ਸਭ। ਦੇਖੋ ਮੇਰੀ ਬੇਨਤੀ ਸੁਣੋ, ਸਾਡਾ ਜਿਹੜਾ ਮੈਟਰ ਹੈ ਸਭ ਜੋ ਜਿਹੜਾ ਹਾਈ ਕੋਰਟ 'ਚ ਪੈਂਡਿੰਗ ਹੈ, ਉਸ ਬਾਰੇ ਕੋਈ ਬਿਆਨ ਨਹੀਂ ਸਰ। ਤੁਸੀਂ ਕੁਛ ਤਾਂ ਕਹੋਗੇ ਆਪਣੇ ਆਪਣੇ ਲੈਵਲ ਤੇ? ਤੁਸੀਂ ਜਿਹੜੀ ਪੁੱਛਗਿੱਛ ਆਪਣੇ ਲੈਵਲ ਤੇ, ਮੈਂ ਆਪਦੇ ਲੈਵਲ ਤੇ ਇਹੀ ਕਹਿ ਸਕਦਾ ਹਾਂ ਕਿ ਸਰਕਾਰਾਂ ਦੂਸਰੀਆਂ ਪਾਰਟੀਆਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕਰ ਦਿੱਤਾ। ਯਾਨੀ ਤੁਹਾਨੂੰ ਲੱਗਦਾ ਕਿ ਪੋਲੀਟੀਕਲ ਇਵੈਂਟ ਹੈ ਜਿਹੜਾ ਕਰਕੇ ਪੋਲੀਟੀਕਲ ਇਵੈਂਟ ਹੈ? ਤੇ ਜਿਸ ਤਰ੍ਹਾਂ ਜਿਹੜੇ ਜਨਮੇਜਾ ਸਿੱਖੋਂ ਸਾਫ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਜਿਹੜੀ ਦੂਜੀਆਂ ਪਾਰਟੀਆਂ ਨੇ, ਯਾਨੀ ਕਿ ਜਿਹੜੀ ਪੋਲੀਟੀਕਲੀ ਇਹ ਪੂਰਾ ਜਿਹੜਾ ਪੋਲੀਟੀਕਲੀ ਜਿਹੜਾ ਵੈਂਡਟ ਹੈ ਉਹ ਕੀਤਾ ਜਾ ਰਿਹਾ, ਹਾਲਾਂਕਿ ਸਿਰਫ ਉਹਨਾਂ ਨੇ ਇਹੀ ਕਿਹਾ ਕਿ ਸਿਰਫ ਇੱਕ ਰਾਜਨੀਤੀ ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋ ਰਹੀਆਂ। ਅੱਜ ਸਵੇਰੇ 9:30 ਵਜੇ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰੀਏ, ਕਰੀਬ 6 ਵਜੇ ਦਾ ਸਮਾਂ ਹੋ ਚੱਲਿਆ ਹੈ ਤੇ ਲਗਾਤਾਰ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਗਈ ਸੀ ਤੇ ਹੁਣ ਸਾਫ ਤੌਰ ਤੇ ਇਹ ਨਿਊਜ਼ 18 ਤੇ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਿਰਫ ਔਰ ਸਿਰਫ ਪੋਲੀਟੀਕਲੀ ਵੈਂਡਟਾ, ਯਾਨੀ ਕਿ ਸਿਰਫ ਇੱਕ ਰਾਜਨੀਤੀ ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋ ਰਹੀਆਂ। ਤਾਂ ਕਹਿ ਸਕਦੇ ਹਾਂ ਕਿ ਹੁਣ ਜਿਹੜੀ ਵੀ ਪੁੱਛਗਿੱਛ ਹੋ ਰਹੀ ਹੈ, ਜਿਹੜੀ ਵੀ ਵਿਜੀਲੈਂਸ ਵੱਲੋਂ ਜਿਹੜੀ ਪੁੱਛਗਿੱਛ ਹੋਈ ਹੈ, ਅਸੀਂ ਕਹਿ ਸਕਦੇ ਹਾਂ ਕਿ ਅੱਜ ਕਰੀਬ 9:30 ਵਜੇ ਇੱਥੇ ਪਹੁੰਚੇ ਸੀ ਔਰ ਹੁਣ ਤੱਕ ਦੇ ਜਿਹੜੀ ਪੁੱਛਗਿੱਛ ਹੋਈ ਹੈ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਪੁੱਛਗਿੱਛ ਹੋਈ ਹੈ। ਹੁਣ ਇੱਕ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ, ਜਿਹੜੇ ਵਿਜੀਲੈਂਸ ਦੇ ਜਿਹੜੇ ਸੋਰਸਿਸ ਦੱਸੇ ਜਾ ਰਹੇ ਨੇ ਇਹਦੇ ਵਿੱਚ ਹੋਰ ਵੀ ਕਈ ਲੋਕਾਂ ਨੂੰ ਪੁੱਛਗਿੱਛ। ਗੱਲ ਸਾਬਕਾ CM ਚਰਨਜੀਤ ਚੰਨੀ ਦੀ ਵੀ ਕਰ ਲੈਂਦੇ ਹਾਂ ਕਿਉਂਕਿ ਚਰਚਾਵਾਂ ਨੇ ਕਿ ਚੰਨੀ ਵੀ ਵਿਜੀਲੈਂਸ ਦੇ ਰਡਾਰ ਤੇ ਨੇ, ਸ਼ਿਕਾਇਤਾਂ ਵਿਜੀਲੈਂਸ ਦੇ ਕੋਲ ਪਹੁੰਚ ਚੁੱਕੀਆਂ ਨੇ ਔਰ ਇੱਕ ਤਰੀਕੇ ਨਾਲ ਜਾਂਚ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋ ਸਾਬਕਾ CM ਚਰਨਜੀਤ ਚੰਨੀ ਨੂੰ ਵੀ ਕੀ ਗ੍ਰਿਫਤਾਰੀ ਦਾ ਖਤਰਾ ਹੈ, ਇਸ ਨੂੰ ਲੈ ਕੇ ਨਿਊਜ਼ 18 ਨੇ ਗੱਲਬਾਤ ਕੀਤੀ ਹੈ ਤੇ ਚੰਨੀ ਨੇ ਕਿਹਾ ਹੈ ਕਿ ਮੈਨੂੰ ਅੰਦਰ ਕਰਨ ਦੇ ਤਰੀਕੇ ਸਰਕਾਰ ਲੱਭ ਰਹੀ ਹੈ, ਮੇਰੀ ਜਾਇਦਾਦ ਦੀ ਜਾਂਚ ਹੋ ਰਹੀ ਹੈ। ਇਹ ਗੱਲ ਖੁਦ ਚਰਨਜੀਤ ਚੰਨੀ ਨੇ ਨਿਊਜ਼ 18 ਨਾਲ ਗੱਲਬਾਤ ਦੇ ਦੌਰਾਨ ਕਹੀ ਹੈ। ਉਹਨੇ ਕਿਹਾ ਕਿ ਸਰਕਾਰ ਮੈਨੂੰ ਅੰਦਰ ਕਰਨ ਦੇ ਤਰੀਕੇ ਲੱਭ ਰਹੀ ਹੈ, ਮੇਰੇ ਬੈਂਕ ਅਕਾਊਂਟ ਫਰੋਲੇ ਜਾ ਰਹੇ ਨੇ, ਸਰਕਾਰ ਮੇਰੇ ਪਿੱਛੇ ਪਈ ਹੋਈ ਹੈ। ਇਹ ਗੱਲ ਚਰਨਜੀਤ ਚੰਨੀ ਨੇ ਨਿਊਜ਼ 18 ਤੇ ਕਹੀ ਹੈ। ਦਰਅਸਲ ਬਠਿੰਡਾ ਦੇ ਇੱਕ ਸ਼ਖਸ ਵੱਲੋਂ ਟੂਰਿਜ਼ਮ ਡਿਪਾਰਟਮੈਂਟ ਦੇ 2 ਅਫਸਰਾਂ ਦੇ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ 'ਚ ਇਲਜ਼ਾਮ ਲਾਇਆ ਗਿਆ ਹੈ ਕਿ ਪਿਛਲੇ ਸਾਲ 19 ਨਵੰਬਰ ਨੂੰ ਚਮਕੌਰ ਸਾਹਿਬ 'ਚ ਇੱਕ ਪ੍ਰੋਗਰਾਮ ਦਾਸਤਾਨੇ ਸ਼ਹਾਦਤ ਕਰਾਇਆ ਗਿਆ ਸੀ ਔਰ ਇਸ ਸਮਾਗਮ ਦੇ ਵਿੱਚ ਕੋਰੋਨਾ ਦਾ ਘੁਟਾਲਾ ਹੋਇਆ ਔਰ ਇਸ ਮੌਕੇ ਤੇ ਚਰਨਜੀਤ ਚੰਨੀ ਪੰਜਾਬ ਦੇ ਉਸ ਵੇਲੇ ਮੁੱਖ ਮੰਤਰੀ ਸਨ ਤੇ ਟੂਰਿਜ਼ਮ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਸੀ ਔਰ ਇਹ ਪ੍ਰੋਗਰਾਮ ਕਿਉਂਕਿ ਟੂਰਿਜ਼ਮ ਡਿਪਾਰਟਮੈਂਟ ਨੇ ਕਰਾਇਆ ਸੀ ਸੋ ਇਸ ਕਰਕੇ ਕਰੋੜਾਂ ਦੇ ਘੁਟਾਲੇ ਦੀ ਗੱਲ ਕੀਤੀ ਜਾ ਰਹੀ ਹੈ ਔਰ ਸ਼ਿਕਾਇਤ ਬਕਾਇਦਾ ਦਿੱਤੀ ਗਈ ਔਰ ਸ਼ਿਕਾਇਤ ਤੋਂ ਬਾਅਦ ਹੁਣ ਚੰਨੀ ਖੁਦ ਇਹ ਗੱਲ ਕਹਿ ਰਹੇ ਨੇ ਆਪਣੇ ਮੂੰਹੋਂ ਨਿਊਜ਼ 18 ਨਾਲ ਗੱਲਬਾਤ ਤੇ ਇੱਕ ਟੈਲੀਫੋਨਿਕ ਕਨਵਰਸੇਸ਼ਨ ਤੇ ਉਹਨਾਂ ਨੇ ਕਿਹਾ ਹੈ ਕਿ ਵਿਜੀਲੈਂਸ ਮੇਰੇ ਪਿੱਛੇ ਪਈ ਹੈ, ਸਰਕਾਰ ਮੇਰੇ ਪਿੱਛੇ ਪਈ ਹੈ, ਮੇਰੇ ਬੈਂਕ ਅਕਾਊਂਟ ਫਰੋਲੇ ਜਾ ਰਹੇ ਨੇ, ਮੇਰੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਜਿਨ੍ਹਾਂ ਬਾਰੇ ਚਰਚਾਵਾਂ ਨੇ ਕਿ ਉਹ ਵਿਜੀਲੈਂਸ ਦੀ ਰਡਾਰ ਤੇ ਨੇ। ਸੋ ਨਿਊਜ਼ 18 ਤੇ ਚਰਨਜੀਤ ਚੰਨੀ ਨੇ ਖੁਦ ਇਹ ਬਿਆਨ ਦਿੱਤਾ ਹੈ
कि मैनू अंदर करन दे सरकार तरीके लभ रही है। होर की कुछ कहा है चरणजीत चन्नी ने, साढ़े सहयोगी पंकज कपाही वालों उन्होंने नाल टेलीफोन से गलबात की गई है, तो वो गलबात सुनाते हैं। ये विजिलेंस जिहड़ा एक मामले की जांच कर रही है, कह रहे हैं कि बेटे की मैरिज का जिहड़ा खर्चा वह चुकया है, तुसी इस्तेमाल किया सरकारी फंड तो, और इसकी शिकायत आई है। ऐदा जी कोई एक शिकायत नहीं इन्होंने लेनी मेरे खिलाफ, पता नहीं किन्नी कार्रवाइयां अजे बाद खोली बैठे है, खोलना है। मैं तीन महीने मंत्री रहा 70 साल, तीन महीने इन्हों के उपर भारी पिया होया, हर गल दे विच अड़जाउण दी कोशिश है, ते किसे तरीके नाल अंदर देना चाहुंदे आ। तुसीं कह रहे हो कि तुहानूं बेटे दा ब्याह 10 अक्तूबर नूं होया, ए फंक्शन उस तों इक महीना 10 दिन बाद लगभग सीगा, जद मेरे बेटे दा ब्याह होया उदों इस फंक्शन दा नौ ते भी नहीं सी कि इदां दा कोई फंक्शन भी होणा। इह बिलकुल ही बेबुनियाद है, एवीं बिना मतलब ते जोड़ कसोड़ के मैनूं किते ना किसे तरीके नाल अंदर देना चाहुंदे। जिद्दण दा मैं ਬਾਹਰੋਂ ਆਇਆ ਪਹਿਲਾਂ ਵੀ ਚੀਕਾਂ ਮਾਰੀ ਗਈ ਕਿ ਬਾਹਰ ਤੋਂ ਆਉਂਦਾ ਨਹੀਂ ਹੈ। ਅਸਲੀ ਗੱਲ ਇਹ ਹੈ ਕਿ ਇਹਨਾਂ ਨੇ ਬਦਲਾਖੋਰੀ ਨੀਤੀ ਦੇ ਨਾਲ ਇੱਕ ਨਹੀਂ ਪਤਾ ਨਹੀਂ ਇਹੋ ਜਿਹੇ ਕਿੰਨੇ ਜਿਹੇ ਹੋਰ ਕੇਸ ਖੋਲਣਗੇ। ਮੇਰੀਆਂ ਸਾਰੀਆਂ ਪ੍ਰੋਪਰਟੀਆਂ ਚੈੱਕ ਹੋ ਰਹੀਆਂ, ਮੇਰੇ ਦਸਤਾਵੇਜ਼ ਚੈੱਕ ਹੋ ਰਹੇ ਹੈ, ਮੇਰੇ ਬੈਂਕਾਂ ਦੇ ਵਿੱਚ ਘੁੰਮਦੇ ਫਿਰਦੇ ਹੈ, ਮੇਰੇ ਇੱਥੇ ਤਹਿਸੀਲਾਂ ਕਚਹਿਰੀਆਂ 'ਚ ਘੁੰਮਦੇ ਫਿਰਦੇ ਮੇਰੇ ਖਿਲਾਫ਼, ਪੂਰਾ ਜਿਸ ਤਰ੍ਹਾਂ ਪੂਰੀ ਵਿਜੀਲੈਂਸ ਮੇਰੇ ਖਿਲਾਫ਼ ਲਗਾਈ ਹੋਈ ਹੈ, ਤਾਂ ਕੋਈ ਐਸੀ ਗੱਲ ਨਹੀਂ। ਜੇ ਅੰਦਰ ਵੀ ਕਰਨਗੇ ਤਾਂ ਮੈਂ ਉਹਦੇ ਵਾਸਤੇ ਹਰ ਤਰੀਕੇ ਨਾਲ ਤਿਆਰ ਹਾਂ। ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਕੋਈ ਵੀ ਪੈਸਾ ਹਰਾਮ ਦੇ ਬਰਾਬਰ ਹੈ, ਜੇ ਕਿਸੇ ਨੇ ਖਾਧਾ ਹੋਵੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ। ਇਹ ਸਾਰਾ ਟਪਾਂਗ ਰਚਿਆ ਗਿਆ। ਵਜ੍ਹਾ ਕੀ ਲੱਗਦੀ ਕਿ ਕਿਉਂ ਇਸ ਤਰੀਕੇ ਨਾਲ ਤੁਹਾਡੇ ਨਾਲ ਕੀਤਾ ਜਾ ਰਿਹਾ? ਇਹ ਕਰਨਾ ਹੀ ਹੈ ਇਹਨਾਂ ਨੇ, ਤਾਂ ਇਹ ਵਜੀਤ ਹੈ ਕਿਸੇ ਤਰੀਕੇ ਨਾਲ ਅੰਦਰ ਦੇਣ ਵਾਸਤੇ, ਪਰ ਮੈਂ ਫੇਸ ਕਰਨੇ ਨੂੰ ਤਿਆਰ ਹਾਂ।